ਮੌਜੂਦਾ ਸਮੇਂ ਵਿੱਚ ਐਨਆਰਆਈ ਮੁੰਡਿਆਂ ਨੂੰ ਕੁੜੀਆਂ ਵੱਲੋਂ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਉਹਨਾਂ ਕੋਲੋਂ ਮੋਟੀ ਰਕਮ ਐਠਣ ਦੀਆਂ ਖਬਰਾਂ ਅੱਜ ਕੱਲ੍ਹ ਕਾਫ਼ੀ ਸੁਰਗੀਆਂ ਵਿੱਚ ਹਨ, ਜਿਸ ਦੀ ਕੀਮਤ ਐਨਆਰਆਈ ਮੁੰਡਿਆਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਇਸ ਦੀ ਤਾਜ਼ਾ ਉਦਾਹਰਣ ਹੁਸ਼ਿਆਰਪੁਰ ਦੇ ਪਿੰਡ ਪੱਟੀ ਦੀ ਹੈ, ਜਿੱਥੇ 22 ਸਾਲਾਂ ਦੇ ਐਨਆਰਆਈ ਨੌਜਵਾਨ ਵਿਸ਼ਾਲ ਨੇ ਆਪਣੀ ਪ੍ਰੇਮਿਕਾ ਮਨਦੀਪ ਕੌਰ ਪਿੰਡ ਡੋਲੀ ਅਤੇ ਤੰਗ ਪਛਾਣ ਕਰਨ ਦੇ ਚੱਲਦਿਆਂ ਕੋਈ ਜ਼ਹਿਰੀਲੀ ਚੀਕ ਖਾ ਕੇ ਆਤਮ ਹੱਤਿਆ ਕਰ ਲਈ। ਮਰਨ ਤੋਂ ਪਹਿਲਾਂ ਮ੍ਰਿਤਕ ਵਿਸ਼ਾਲ ਨੇ ਮੋਬਾਈਲ 'ਤੇ ਆਪਣੀ ਪ੍ਰੇਮਿਕਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਬਲੈਕਮੇਲਿੰਗ ਦਾ ਖੁਲਾਸਾ ਵੀ ਕੀਤਾ, ਜਿਸ ਦੇ ਆਧਾਰ 'ਤੇ ਮ੍ਰਿਤਕ ਵਿਸ਼ਾਲ ਦੀ ਮਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਥਾਣਾ ਚੱਬੇਵਾਲ ਵਿਖੇ ਇਕੱਠੇ ਹੋ ਕੇ ਥਾਣੇ ਦਾ ਘਿਰਾਓ ਕੀਤਾ ਅਤੇ ਲੜਕੀ ਅਤੇ ਉਸਦੇ 4 ਸਾਥੀਆਂ ਪਰਿਵਾਰਕ ਮੈਂਬਰਾਂ 'ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਗੁਹਾਰ ਲਗਾਈ ਹੈ। ਲੜਕੇ ਦੀ ਜੀ ਗੱਲਬਾਤ ਸੀਗੀ, ਲੜਕੀ ਨੇ ਦੀਪ ਕੌਰ ਮੇਰੇ ਲੜਕੇ ਨੂੰ ਧਮਕੀ ਦਿੱਤੀ ਆ ਜੀ, ਉਸ ਬਦਲੇ ਮੇਰੇ ਬੇਟੇ ਨੇ ਦਵਾਈ ਖਾਧੀ ਆ ਜੀ। ਹਾਂਜੀ, ਪਿਆਰ ਸੀਗਾ ਉਹਦੇ ਨਾਲ। ਇਹ ਕਦੋਂ ਦਾ ਇਹਨਾਂ ਦਾ ਚੱਲਦਾ ਸੀਗਾ? ਹਾਂਜੀ, 2 ਸਾਲ ਦਾ ਜੀ। ਤੇ ਹੁਣ ਇਦਾਂ ਦੀ ਕਿਹੜੀ ਗੱਲਬਾਤ ਹੋਈ ਆ ਜਿਹੜੀ ਵੀ ਮਤਲਬ ਉਹਨੂੰ ਇੱਥੇ ਤੱਕ ਪਹੁੰਚਣਾ ਪਿਆ ਜ਼ਹਿਰ ਖਾਂਦੀ? ਉਹਨੇ ਧਮਕੀ ਦਿੱਤੀ ਆ ਜੀ ਮੇਰੇ ਬੇਟੇ ਨੂੰ, ਉਹਦੇ ਭਰਾ ਨੇ ਵੀ ਤੇ ਉਹਦੀ ਮਾਸੀ ਜੀ ਨੇ ਵੀ ਮੇਰੇ ਬੇਟੇ ਨੂੰ, ਇਸ ਕਰਕੇ ਦਵਾਈ ਖਾਧੀ ਗਈ। ਹਾਂਜੀ ਹਾਂਜੀ, ਕਿੰਨੇ ਹੋਏ ਆ, ਕਿੱਦਾਂ ਹੋਈ ਆ? 1,20,000 ਕੀਤਾ ਜੀ ਉਹਨੇ। ਹਾਂਜੀ, 1,20,000 ਉਸ ਵਿੱਚ ਜਿਸ ਵੇਲੇ ਝਗੜਾ ਹੋ ਗਿਆ ਉਸ ਵੇਲੇ ਬਲੇਮ ਲਾਇਆ ਸੀ ਉਹਨੇ, ਉਸ ਤੋਂ ਬਾਅਦ 'ਚ ਪੰਚਾਇਤ ਨੇ ਦੋਹਾਂ ਦਾ ਆਪਸ ਵਿੱਚ ਫੈਸਲਾ ਕਰਾ ਦਿੱਤਾ, ਪੰਚਾਇਤ ਨੇ ਦੋਹਾਂ ਪਿੰਡਾਂ ਦੀਆਂ ਨੇ। ਅਤੇ ਉਦੋਂ ਇਸੇ ਹੀ ਵਜ੍ਹਾ ਕਰਕੇ ਮੁੰਡੇ ਦੇ ਜਿਹੜਾ ਹੈਗਾ ਉਹ ਮਨ 'ਚ ਮਯੂਸੀ ਸੀ ਵੀ ਬਾਹਰੋਂ ਪੈਸੇ ਵੀ ਭੇਜਦਾ ਰਿਹਾ ਸੀ ਲੜਕੀ ਨੂੰ, ਕਿ ਮੈਂ ਪੈਸੇ ਵੀ ਭੇਜਦਾ ਰਿਹਾ, ਮੈਨੂੰ ਫਿਰ ਜਵਾਬ ਦੇ ਦਿੱਤਾ ਮੈਰਿਜ ਕਰਾਉਣ ਤੋਂ। ਇਸੇ ਕਰਕੇ ਉਹਨੇ ਦੁਖੀ ਹੋ ਕੇ ਲੜਕੀ ਤੋਂ ਦਵਾਈ ਪੀ ਲਈ। ਰਾਜੀਨਾਮੇ ਦੌਰਾਨ ਕਿਸੇ ਲੜਕੀ ਨੇ ਕੋਈ ਪੈਸੇ ਧੇਲੇ ਦੇ ਕੇ ਮੰਗ ਕੀਤੀ ਜਾਂ ਲਈ ਹੋਵੇ ਜਾਂ ਪੰਚਾਇਤ 'ਚ? ਪੰਚਾਇਤ ਦੇ ਵਿੱਚ ਹੋਇਆ ਫੈਸਲਾ ਇਹਦੇ ਬਾਰੇ, ਥਾਣੇ ਦੇ ਵਿੱਚ ਹੋਇਆ? ਪੰਚਾਇਤ ਨਹੀਂ ਕਰਾਇਆ ਨਾ, ਭਾਵਾਂ ਥਾਣੇ 'ਚ ਵੀ ਆ, ਜਿੱਦਾਂ ਹੁਣ ਇੱਥੇ ਬਾਹਰ ਪੰਚਾਇਤਾਂ ਕਰਾ ਦਿੰਦੀਆਂ ਜਾਂ ਪੰਚਾਇਤ ਨਹੀਂ ਕਰਾਇਆ। ਉੱਥੇ ਇੱਕ ਮਨਦੀਪ ਕੌਰ ਦਾ, ਇੱਕ ਉਹਨਾਂ ਦੀ ਕੋਈ ਮਾਸੀ ਆ ਮਨਦੀਪ ਕੌਰ ਦੀ, ਰਵਿੰਦਰ ਕੌਰ, ਇੱਕ ਲੜਕੀ ਦਾ ਭਰਾ, ਉਹ ਵੀ ਧਮਕਾਉਂਦਾ ਸੀ। ਕਿਹੜੀ 306 IPC। ਹੁਸ਼ਿਆਰਪੁਰ ਤੋਂ ਜਾਗਰਤੀ ਲਹਿਰ ਦੇ ਲਈ ਦਿਲਜੀਤ ਅਜਨੋਹਾ ਦੀ ਰਿਪੋਰਟ।